ਦੇਖੋ ਜੀ ਕਿੰਨੀ ਗੱਡੀ ਖੜ੍ਹੀ ਹੋਈ ਹੈ ਜੀ, ਕਮ ਸੇ ਕਮ 70 ਗੱਡੀ ਖੜ੍ਹੀ ਹੈ ਜੀ, ਕੋਈ ਸੁਣਵਾਈ ਨਹੀਂ ਜੀ। स्वागत है ट्रांसपोर्ट टीवी में, मैं हूं आपके साथ अनुराधा शर्मा सैनी और आप देख रहे हैं ब्रेकिंग न्यूज। 70 ट्रकों से ज्यादा बन गए गोडाउन, ट्रक ड्राइवरों की हालत हो गई खस्ता। आज ही गुजरात विच पालनपुर साबर डेयरी च देखो जी कितनी गड्डी खड़ी हुई है जी, ते कम से कम इथो आज सानू 7 दिन हो गए जी खड़िया नु, कोई सुनवाई नहीं जी, ना कोई साडी फैक्ट्री च गल सुन रहा जी, ते ना कोई सानू खाली दा कह रहे ने। ਕਮ ਸੇ ਕਮ 70 ਗੱਡੀ ਖੜੀ ਹੈ ਜੀ, ਡੇਲੀ ਦੀਆਂ 2 ਖਾਲੀ ਕਰਦੇ ਨੇ ਜੀ, ਤੇ ਕੋਈ ਇੱਥੇ ਸੁਣਵਾਈ ਨਹੀਂ ਜੀ, ਤੇ ਮੇਰਾ ਕੋਈ ਵੀ ਭਰਾ ਇੱਥੇ ਗੱਡੀ ਭਰ ਕੇ ਨਾ ਆਇਓ, ਰਿਕੁਐਸਟ ਆ ਭਰਾ ਮੇਰਿਓ, ਖਾਲੀ ਨਹੀਂ ਹੁੰਦੀ ਇੱਥੇ। ਆਪਕੋ ਸ਼ਾਇਦ ਦੇਖ ਕਰ ਯੇ ਲਗ ਰਹਾ ਹੋਗਾ ਕਿ ਯੇ ਗਾੜੀਓ ਕਾ ਗੋਡਾਊਨ ਹੈ, ਲੇਕਿਨ ਐਸਾ ਹੈ ਨਹੀਂ। ਯੇ ਹੈ ਬਨਾਸ ਫੈਕਟਰੀ ਜੋ ਗੁਜਰਾਤ ਪਾਲਨਪੁਰ ਮੇ ਹੈ, ਜਹਾਂ ਕਈ ਡਰਾਈਵਰ DOC ਲੇਕਰ ਆਏ ਥੇ। DOC ਯਾਨੀ ਕਿ ਪਸ਼ੂ ਆਹਾਰ, ਔਰ ਗਾੜੀਓ ਕੋ ਹੀ ਯਹਾਂ ਗੋਡਾਊਨ ਬਣਾ ਦਿਆ ਗਿਆ। ਜੀ ਹਾਂ, ਮਾਲ ਅਨਲੋਡ ਨਹੀਂ ਹੋ ਰਹਾ ਹੈ, ਮਾਲ ਗਾੜੀ ਮੇ ਹੀ ਰੱਖਾ ਹੁਆ ਹੈ, ਕਿਉਂਕਿ ਇਸ ਫੈਕਟਰੀ ਮੇ 10-10 ਦਿਨ ਗਾੜੀ ਖਾਲੀ ਹੀ ਨਹੀਂ ਹੋਤੀ। ਦੇਖਿਏ, ਕਿਸੀ ਵੀ ਫੈਕਟਰੀ ਕੰਪਨੀ ਮੇ ਗਾੜੀ ਜਾਏਗੀ ਤੋ ਸਮੇ ਤੋ ਲਗੇਗਾ, ਪਰ ਇਤਨਾ ਸਮੇ ਸੋਚਿਏ 10 ਦਿਨ ਮਾਲ ਗਾੜੀ ਮੇ ਹੀ ਹੈ, ਡਰਾਈਵਰ ਪਰੇਸ਼ਾਨ ਹੈ। ਆਪਕੋ ਆਪਣੀ ਪਰੇਸ਼ਾਨੀ ਦੂਰ ਕਰਨੀ ਹੈ ਤੋ ਆਪ ਆਪਣੀ ਗਾੜੀ ਕਾ ਬੀਮਾ ਕਰਵਾਨਾ ਬਿਲਕੁਲ ਮਤ ਭੁਲੀਏਗਾ, ਔਰ ਆਪਣੀ ਗਾੜੀ ਕਾ ਭਰੋਸੇਮੰਦ ਬੀਮਾ ਕਰਵਾਨੇ ਕੇ ਲੀਏ ਆਪ ਹਮੇ 9831 9831 ਪਰ ਵਟਸਐਪ ਕਰ ਸਕਤੇ ਹੈਂ। ਤੋ ਡਰਾਈਵਰੋ ਕੀ ਵੈਸੇ ਹੀ ਕਮਾਈ ਨਹੀਂ ਹੋਤੀ, ਔਰ ਉਪਰ ਸੇ ਐਸੇ ਝਮੇਲੇ, ਟ੍ਰਾਂਸਪੋਰਟਰ ਤੋ ਯਹਾਂ ਡਰਾਈਵਰੋ ਕੋ ਭੇਜ ਦੇਤੇ ਹੈਂ, ਪਰ ਵਹਾਂ ਜਾਕਰ ਡਰਾਈਵਰੋ ਕੋ ਯੇ ਸਬ ਫੇਸ ਕਰਨਾ ਪੜਤਾ ਹੈ। ਜਬ ਜਗ੍ਹਾ ਨਹੀਂ ਹੈ ਤੋ ਮਾਲ ਮੰਗਵਾਇਆ ਹੀ ਕਿਉਂ ਜਾਤਾ ਹੈ, ਨਾ ਤੋ ਯਹਾਂ ਕੋਈ ਡਰਾਈਵਰੋ ਕੀ ਸੁਧ ਲੇਨੇ ਵਾਲਾ ਹੈ, ਨਾ ਹੀ ਡਰਾਈਵਰ ਕੇ ਪਾਸ ਜ਼ਰੂਰੀ ਸੁਵਿਧਾ, ਜੈਸੇ ਕਿ ਪਾਣੀ ਕਾ ਪਤਾ ਨਹੀਂ ਹੈ, ਖਾਣੇ ਕਾ ਪਤਾ ਨਹੀਂ ਹੈ, ਨਹਾਨੇ ਔਰ ਸੋਨੇ ਕੀ ਬਾਤ ਤੋ ਆਪ ਛੋੜ ਹੀ ਦੀਜੀਏ। ਗਾੜੀਆਂ ਇਤਨੀ ਹੈ, 2-3 ਗਾੜੀਆਂ ਅੰਦਰ ਜਾਤੀ ਹੈ, ਪਰ 10-10 ਦਿਨ ਬਾਅਦ ਵੀ ਖਾਲੀ ਨਹੀਂ ਹੋਤੀ। ਆਈਏ ਅਬ ਆਪ ਖੁਦ ਹੀ ਸੁਣ ਲੀਜੀਏ ਡਰਾਈਵਰੋ ਕੀ ਜ਼ੁਬਾਨੀ। ਅਸੀਂ ਜੀ 12 ਤਰੀਕ ਦੇ ਖੜੇ ਇੱਥੇ ਜੀ, ਬਨਾਸ ਡੇਰੀ ਦਾ ਮਾਲ ਲੈ ਕੇ ਆਏ ਸੀ ਪਾਲਨਪੁਰ ਦਾ ਅਸੀਂ DOC। ਆ ਸਾਰੇ ਗੱਡੀਆਂ ਵਾਲੇ ਵੀਰ ਖੜੇ ਆ ਜੀ, ਇਹ ਕੋਈ ਸੁਣਵਾਈ ਨਹੀਂ ਕਰਦੇ, ਕੋਈ 8 ਦਾ ਖੜਾ, ਕੋਈ 9 ਦਾ ਖੜਾ, ਕੋਈ 10 ਦਾ। 10 ਦੀਆਂ ਗੱਡੀਆਂ ਗਈਆਂ ਵੀਆਂ ਪਰਸੋਂ ਦੀਆਂ ਅੰਦਰ ਜੀ, ਅੱਜ 18 ਤਰੀਕ ਆ ਜੀ, ਪਰਸੋਂ 10 ਦੀਆਂ ਗੱਡੀਆਂ ਪਰਸੋਂ ਦੀਆਂ ਵੜੀਆਂ ਅੰਦਰ, ਤੇ ਹਜੇ ਗੱਡੀਆਂ ਖਾਲੀ ਨਹੀਂ ਹੋਈਆਂ, ਅੰਦਰ ਉਵੇਂ ਖੜੀਆਂ ਜੀ, ਤੇ ਅਸੀਂ ਹਜੇ ਬਾਹਰ ਖੜੇ ਆ ਸਾਰੇ ਜੀ। 10 ਦਿਨ ਤੋਂ ਪਹਿਲਾਂ ਗੱਡੀ ਨੇ ਖਾਲੀ ਕਰ ਰਹੇ, ਜੇ ਅਸੀਂ ਉਹਨਾਂ ਦੇ ਕੋਲੇ ਜਾਂਦੇ ਆ ਉਲਟਾ ਉਹ ਸਾਡੇ ਨਾਲ ਬਦਤਮੀਜ਼ੀ ਨਾਲ ਗੱਲ ਕਰਦੇ ਆ, ਕੋਈ ਸੁਣਵਾਈ ਨਹੀਂ ਕਰਦਾ ਸਰ। ਪਾਲਨਪੁਰ ਦਾ ਮਾਲ ਨਾ ਭਰ ਕੇ ਕੋਈ ਵੀ, ਮੇਰਾ ਵੀਰ ਅਸੀਂ ਮਿਹਨਤ ਕਰਦੇ ਆ ਪਾਲਨਪੁਰ ਦਾ, ਕੋਈ ਵੀ ਮਾਲ ਨਾ ਭਰੋ ਵੀਰੇ ਪਾਲਨਪੁਰ ਤੇ ਕਾਤਰਵਾ ਦਾ, ਬਹੁਤ ਬੁਰਾ ਹਾਲ ਹੈ ਇੱਥੇ ਗੱਡੀਆਂ ਦਾ, ਅਸੀਂ ਤਾਂ ਫਸੇ ਹੋਏ ਆ, ਤੁਸੀਂ ਨਾ ਫਸੋ ਹੁਣ। ਬਾਕੀ ਟ੍ਰਾਂਸਪੋਰਟ ਆ ਜਿਹੜੇ ਟ੍ਰਾਂਸਪੋਰਟਰ ਆ ਗੱਡੀਆਂ ਨੂੰ ਤੋੜ ਦਿੰਦੇ ਆ, ਝੂਠ ਬੋਲਦੇ ਆ ਵੀਰੇ, ਬਾਅਦ ਦੇ ਵਿੱਚ ਕੋਈ ਟ੍ਰਾਂਸਪੋਰਟਰ ਸੁਣਵਾਈ ਨਹੀਂ ਕਰਦਾ ਗੱਡੀ ਦੀ, ਗੱਡੀਆਂ ਵਾਲੇ ਵਿਲਕਦੇ ਆ, ਕੋਈ ਉਹਨਾਂ ਦੀ ਗੱਲ ਨਹੀਂ ਸੁਣਦਾ। ਜੇ ਕੋਈ ਪਹਿਲੀ ਵਾਰ ਭਰੀ ਆ ਬਾਈ, DOC ਸਾਨੂੰ ਝੂਠ ਬੋਲ ਕੇ ਭਰਾਈ ਆ, 2 ਦਿਨ ਖੜ ਕੇ ਆ ਦੇਖੋ, ਬੋਲੀ ਜਾਂਦੇ ਨਾ ਮੁੰਡੇ ਵੀਰੇ, ਸਾਰਿਆਂ ਦਾ ਇਹ ਹਾਲ ਹੈ, ਟ੍ਰਾਂਸਪੋਰਟ ਵਾਲੇ ਬਿਲਕੁਲ ਹੀ ਵੜ ਕੇ ਸੁਣਵਾਈ ਨਹੀਂ ਕਰਦੇ, ਉਲਟਾ ਕਹਿੰਦੇ 4 ਦਿਨ ਬਾਅਦ ਸਾਨੂੰ ਦਿਹਾੜੀ ਦੇਵਾਂਗੇ, 5 ਦਿਨ ਬਾਅਦ ਦਿਹਾੜੀ ਦੇਵਾਂਗੇ, ਦਿਹਾੜੀ ਕਿੰਨੀ ਦਿੰਦੇ ਆ 1,000-1,200, ਜਿਹੜਾ 100 ਰੁਪਈਆ ਪਾਰਕਿੰਗ ਦਾ ਇੱਥੇ ਡੇਲੀ ਲੱਗਦਾ, ਇੱਥੇ 500 ਰੁਪਈਆ ਗੱਡੀ ਦਾ ਇੱਕ ਨਾਰਮਲ ਖਰਚਾ ਹੈ, ਇੱਥੇ ਗੱਡੀਆਂ ਦੀ ਕੋਈ ਇੱਜ਼ਤ ਨਹੀਂ। ਇਹ ਐਂ ਕਹਿੰਦੇ ਆ ਜਿਹੜੀਆਂ ਗੱਡੀਆਂ ਪਹਿਲਾਂ ਆਈਆਂ ਨੇ ਉਹ ਖਾਲੀ ਨਹੀਂ ਕਰਦੇ, ਬਾਅਦ ਵਾਲੀਆਂ ਖਾਲੀ ਕਰਦੇ ਆ, ਮੇਰੀ ਗੱਡੀ ਖੜੀ ਆ ਉਹ ਤਾਂ ਬਾਅਦ ਵਾਲੀਆਂ ਗੱਡੀਆਂ ਖਾਲੀ ਕਰਤੀਆਂ ਨੇ, ਕਹਿੰਦੇ ਆਹ ਮਾਲ ਸਾਨੂੰ ਜ਼ਰੂਰੀ ਚਾਹੀਦਾ, ਪਰ ਉਹਦਾ ਕੀ ਫਾਇਦਾ, ਅਸੀਂ ਵੀ ਤਾਂ ਬੰਦੇ ਆ, ਸੁਣਵਾਈ ਕੋਈ ਨਹੀਂ, ਕੋਈ ਸੁਣਵਾਈ ਨਹੀਂ ਇੱਥੇ। ਜਗ੍ਹਾ ਦੀ ਲੋਕੇਸ਼ਨ ਸਾਰੀ ਦੱਸ ਦੋ ਮਾੜੀ ਜੀ। ਲੋਕੇਸ਼ਨ ਤਾਂ ਪਾਲਨਪੁਰ ਡੇਅਰੀ ਆ, ਮੇਨ ਬਨਾਸ ਡੇਅਰੀ ਇੱਕ ਹੀ ਆ। ਠੀਕ ਹੈ ਜੀ, ਹਾਂ
ਇੱਥੇ ਗੁਜਰਾਤ ਚ ਕੋਈ ਮਾਲ ਨਾ ਭਰ ਕੇ ਘੱਟ ਤੋਂ ਘੱਟ ਵੀਰੇ ਇਹ 7 ਗੱਡੀਆਂ ਅੰਦਰ ਲੈਂਦੇ ਆ, 7 ਚੋਂ ਵੀ ਪਰਸੋਂ ਦੀਆਂ ਗੱਡੀਆਂ ਇਹਨਾਂ ਨੇ ਕੋਈ ਗੱਡੀ ਨਹੀਂ ਲਈ ਗਈ ਬਿਲਕੁਲ ਹੀ। ਬਾਕੀ 2 ਦਿਨ ਦੇ ਅੰਦਰ ਹੀ ਖੜਾਈ ਕਰਦੇ, 2 ਦਿਨ ਇੱਥੋਂ ਗੱਡੀਆਂ ਲੈ ਜਾਂਦੇ, 7-8 ਅੰਦਰ ਕਠਾਲ ਲੈਂਦੇ ਆ, 3 ਦਿਨ ਅੰਦਰੋਂ ਗੱਡੀਆਂ ਕੱਢਦੇ ਆ, ਕੋਈ ਇਹਨਾਂ ਦਾ ਬੁਰਾ ਹਾਲ ਹੈ ਇੱਥੇ ਬਿਲਕੁਲ। ਪਾਰਕਿੰਗ ਦਾ ਬਣਿਆ ਪਿਆ ਇੱਥੇ, ਨਾ ਕੋਈ ਪਹਾੜ ਤੇ ਕੋਈ ਨਾ ਹੋਂਦੀ ਸਭਦਾ ਨਾ ਕੋਈ ਬੁੱਲ ਪਾਣੀ ਲੈ ਕੇ ਪੀਣਾ ਦਾ। तो मुसीबतों भरे जीवन में पहले ही कई रोड़े हैं और अब ये देखिए ड्राइवर कैसे तो अपना पेट भर रहे हैं। दिन रात आंधी तूफान में चलने के बाद भी जिस माल को पहुंचाने के लिए ड्राइवर इतनी मशक्कत करता है, इतनी परेशानियां झेलता है, वो भी अगर अनलोड नहीं हो तो सोचिए एक ड्राइवर के लिए ये कितनी बड़ी परेशानी हो। इस पर आपके क्या विचार है वो हमें कमेंट सेक्शन में जरूर बताइएगा। इसके साथ ही अगर आपको हमारा काम पसंद आया हो तो आप हमें सुपर थैंक्स भेज सकते हैं। सुपर थैंक्स कैसे भेजना है इसकी टिप्स आप स्क्रीन पर देख सकते हैं। इसके साथ साथ आप हमें आज ही फॉलो करें, साथ ही साथ आप हमें फेसबुक और ट्विटर पर भी फॉलो कर सकते हैं।